ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ, ਅੱਜ ਅਸੀਂ ਪਿੰਡ ਨਸ਼ਹਿਰਾ ਵਿਖੇ ਪਹੁੰਚੇ ਹਾਂ ਜੀ। ਇਹ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦਾ ਜੀ, ਗੜਦੀਵਾਲ ਦੇ ਕੋਲ। ਇੱਥੇ ਸਾਡੇ ਵੀਰ ਨੇ, ਇਹ ਭੈਣ ਜੀ ਨੇ, ਇਹਨਾਂ ਦੇ ਧਰਮ ਪਤਨੀ ਨੇ ਅਤੇ ਅੰਗਹੀਣ ਨੇ ਵਾਹਿਗੁਰੂ ਜੀ। ਲਾਠੀ ਦੇ ਸਹਾਰੇ ਤੁਰਦੇ ਨੇ ਦੇਖੋ ਜੀ। ਅਤੇ ਇਹ ਸਾਡੇ ਵੀਰ ਜੀ ਨੇ, ਇਹ ਵੀ ਅੰਗਹੀਣ ਨੇ, ਇਹ ਵੀ ਪ੍ਰੋਬਲਮ ਹੈ ਲੱਤ ਦੇ ਵਿੱਚ ਇਹਨਾਂ ਨੂੰ। ਅਤੇ ਬੇਟੀ ਇਹਨਾਂ ਦੀ ਬਿਮਾਰ ਹੈ ਜੀ, ਥਾਈਰੋਇਡ ਹੈ, ਹੋਰ ਵੀ ਇੱਕ ਦੋ ਪ੍ਰੋਬਲਮ ਹੈ ਜੀ ਗਲੇ ਦੀ। ਇਹਨਾਂ ਨੇ ਸਕੈਨਿੰਗ ਕਰਵਾਉਣੀ ਸੀ ਅਤੇ ਸਾਨੂੰ ਇਹਨਾਂ ਨੇ ਇੱਕ ਦਿਨ ਪਹਿਲਾਂ ਹੁਕਮ ਲਾਇਆ ਸੀ। ਉਸ ਦਿਨ ਆਪਾਂ ਇਹਨਾਂ ਨੂੰ ਮਿਲ ਕੇ ਗਏ ਸੀ ਅਤੇ ਇਹਨਾਂ ਨੂੰ ਆਪਾਂ ਮਾਇਆ ਦੇ ਗਏ ਸੀ ਕਿ ਬੱਚੇ ਦੇ ਤੁਸੀਂ ਸਕੈਨਿੰਗ ਕਰਵਾ ਲਓ ਅਤੇ ਥਾਈਰੋਇਡ ਦੇ ਟੈਸਟ ਵੀ ਕਰਾ ਲਓ। ਅੱਜ ਅਸੀਂ ਫਿਰ ਦੂਜੀ ਵਾਰੀ ਆਏ ਹਾਂ, ਇਹਨਾਂ ਨੂੰ ਮਿਲਣ ਆਏ ਹਾਂ। ਸੰਗਤ ਜੀ, ਉਹ ਕੈਨੇਡਾ ਦੇ ਵਿੱਚ ਸਾਡੇ ਵੀਰ ਜੀ ਰਹਿੰਦੇ ਨੇ, ਭੈਣ ਜੀ ਰਹਿੰਦੇ ਨੇ। ਉਹਨਾਂ ਨੇ ਇਹਨਾਂ ਦੀ ਵੀਡੀਓ ਦੇਖੀ ਅਤੇ ਉਹਨਾਂ ਨੇ ਇਹਨਾਂ ਵਾਸਤੇ ਮਾਇਆ ਭੇਜੀ ਹੈ ਅਤੇ 10,000 ਰੁਪਇਆ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਜੀ। 10,000 ਰੁਪਇਆ ਸਾਡੇ ਵੀਰਾਂ ਨੇ, NRI ਵੀਰਾਂ ਨੇ ਵੀਡੀਓ ਵੇਖ ਕੇ ਅਤੇ 10,000 ਰੁਪਇਆ ਭੇਜਿਆ ਜੀ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਸਾਡੀ ਹਾਲਾਤ ਦੇਖ ਕੇ ਸਾਨੂੰ ਸਾਡੇ ਲਈ ਮਦਦ ਕੀਤੀ ਆ, ਸਾਡਾ ਦੁੱਖ ਸਮਝਿਆ। ਮੈਂ ਉਹਨਾਂ ਦਾ ਕਦੀ ਵੀ ਦੇਣਾ ਨਹੀਂ ਦੇ ਸਕਦੀ ਭਾਅ ਜੀ। ਹੁਣੀ ਮੈਂ ਅੱਜ ਦਿਲੋਂ ਇਹਨਾਂ ਨੂੰ ਯਾਦ ਕਰਦੀ ਹਾਂ। ਪਰਮਾਤਮਾ ਨੇ ਇਹਨਾਂ ਨੂੰ ਮੇਰੇ ਵਾਸਤੇ ਇੱਥੇ ਭੇਜਿਆ, ਮੇਰੀ ਮਦਦ ਕੀਤੀ। ਮੈਂ ਇਸ ਮੇਰੇ ਸ਼ਬਦ ਨਹੀਂ ਹੈਗਾ ਕੋਈ ਵੀ ਜਿਹੜਾ ਮੈਂ ਇਸ ਮੂੰਹ ਨਾਲ ਤੁਹਾਡਾ ਧੰਨਵਾਦ ਕਰਾਂ। ਸ਼ੁਕਰ ਆ ਉਸ ਮਾਲਕ ਨੇ ਜਦੋਂ ਤੁਹਾਡੇ ਮਨ ਵਸਿਆ ਸਾਡੀ ਲਈ ਮਦਦ ਭੇਜੀ। ਸ਼ੁਕਰ ਆ, ਸ਼ੁਕਰ ਆ। ਵਾਹਿਗੁਰੂ ਜੀ, ਇਹ ਭੈਣ ਜੀ ਹੋਰ ਦੱਸਦੇ ਪਏ ਸੀ ਕਿ ਆ ਡਿੱਗ ਪਏ ਸੀ ਇੱਕ ਦੋ ਦਿਨ ਪਹਿਲਾਂ, ਇੱਥੇ ਬਹੁਤ ਹਰਿਆਲੀ ਜੰਮੀ ਹੋਈ ਹੈ ਅਤੇ ਦੱਸਦੇ ਪਏ ਸੀ ਕਿ ਆਪਾਂ ਯਾਦ ਕਰਦੇ ਪਏ ਸੀ ਕਿਤੇ ਆ ਜਾਣ ਅਤੇ ਕੋਈ ਥੋੜ੍ਹੀ ਬਹੁਤੀ ਮਦਦ ਦੇ ਜਾਣ। ਅਤੇ ਅਸੀਂ ਇਹਨਾਂ ਨੇ ਯਾਦ ਕੀਤਾ ਦਿਲੋਂ, ਅਸੀਂ ਇੱਥੇ ਪਹੁੰਚ ਗਏ ਸੀ। ਨਾ ਇਹਨਾਂ ਨੇ ਸਾਨੂੰ ਫੋਨ ਲਾਇਆ, ਨਾ ਅਸੀਂ ਇਹਨਾਂ ਨੂੰ ਫੋਨ ਲਾਇਆ, ਦੱਸਿਆ ਨਹੀਂ ਕਿ ਆਪਾਂ ਆ ਰਹੇ ਹਾਂ। ਪਰ ਦੇਖੋ, ਆਪ ਹੀ ਪਰਮਾਤਮਾ ਨੇ ਸਾਨੂੰ ਬੜੀ ਜ਼ੋਰ ਦੇ ਨਾਲ ਡਿੱਗੀ, ਮੇਰਾ ਲੱਕ ਠੋਕ ਹੋ ਗਿਆ ਇੱਧਰ ਨੂੰ ਧੋਣ, ਮੇਰੀ ਮੁੜਦੀ ਨਹੀਂ, ਧੋਣ ਦੇ ਪੱਠੇ ਖਿੱਚ ਹੋ ਗਏ। ਬੜੀ ਮੁਸ਼ਕਲ ਦੇ ਨਾਲ ਮੈਂ ਉੱਠੀ,
ਬੁਖਾਰ ਚੜ੍ਹਦੇ ਨੂੰ ਮੈਨੂੰ 3-4 ਦਿਨ ਹੋ ਗਏ ਦਵਾਈ ਬੁਖਾਰ ਦੀ ਲੈ ਚੱਲੀ, ਪਰ ਸੱਟ ਉੱਤੋਂ ਦੀ ਹੋਰ ਲੱਗ ਗਈ ਸਵੇਰੇ। ਦੇਖੋ ਮੈਂ ਇਹਨਾਂ ਨੂੰ ਭਾਅ ਜੀ ਹੁਣਾਂ ਨੂੰ ਯਾਦ ਕੀਤਾ, ਮੈਂ ਭਾਅ ਜੀ ਹੁਣਾਂ ਨੂੰ ਕਹਾਂ ਵੀ ਮੇਰਾ ਬੇੜਾ ਸਵਾਰ ਕੇ ਜਾਵਾਂ, ਮੇਰੇ ਤੋਂ ਸੱਟਾਂ ਨਹੀਂ ਖਾਂਦੀਆਂ। ਵਾਹਿਗੁਰੂ ਜੀ, ਬਹੁਤ ਹੀ ਲੋੜਵੰਦ ਪਰਿਵਾਰ ਹੈ ਜੀ। ਦੇਖੋ ਜੀ, ਆਪ ਜੀ ਦੇਖ ਹੀ ਰਹੇ ਹੋ, ਬਹੁਤ ਹੀ ਲੋੜਵੰਦ ਪਰਿਵਾਰ ਹੈ। ਇਹਨਾਂ ਨੇ ਸਵੇਰੇ ਕਹਿੰਦੇ ਆਪਾਂ ਯਾਦ ਕਰਦੇ ਪਏ ਸੀ ਅਤੇ ਆਪਾਂ ਇੱਥੇ ਪਹੁੰਚ ਕੇ ਪਰਮਾਤਮਾ ਦੇ ਭੇਜੇ ਹੋਏ, ਸਾਨੂੰ ਨਹੀਂ ਸੀ ਪਤਾ ਕਿ ਭੈਣ ਜੀ ਹੋਰ ਇੰਨੇ ਪ੍ਰੋਬਲਮ 'ਚ ਨੇ। ਪਹਿਲਾਂ ਅਸੀਂ ਇਹਨਾਂ ਨੂੰ ਮਾਇਆ ਦੇ ਗਏ ਸੀ, ਅੱਜ ਦੂਜੀ ਵਾਰੀ ਆਏ ਹਾਂ ਇਹਨਾਂ ਕੋਲ ਜੀ। ਸਾਡੀ ਵੀਡੀਓ ਦੇਖੀ ਸਾਡੇ ਵੀਰ ਜੀ ਨੇ, ਭੈਣ ਜੀ ਨੇ ਸਾਡਿਆਂ ਨੇ ਵੀਡੀਓ ਦੇਖੀ, NRI ਵੀਰਾਂ ਨੇ, ਅਤੇ ਉਹਨਾਂ ਨੇ ਇਹਨਾਂ ਵਾਸਤੇ 10,000 ਰੁਪਇਆ ਭੇਜਿਆ ਜੀ। ਅਤੇ ਥੱਲੇ ਇਹਨਾਂ ਦੀ ਹਰਿਆਲੀ ਬਹੁਤ ਜੰਮੀ ਹੋਈ, ਉਹਦੇ ਕਰਕੇ ਡਿੱਗ ਜਾਂਦੇ ਨੇ, ਕਿਉਂਕਿ ਇੱਕ ਸਹਾਰੇ ਦੇ ਨਾਲ ਬੰਦਾ ਜਦੋਂ ਤੁਰਦਾ ਹੋਵੇ ਤਾਂ ਡਿੱਗ ਜਾਂਦਾ। ਅਤੇ ਡਿੱਗਣ ਦੇ ਨਾਲ ਆਪ ਜੀਆਂ ਨੂੰ ਦੱਸਿਆ ਇਹਨਾਂ ਨੇ ਕਿ ਇਹਨਾਂ ਦੇ ਮਣਕੇ ਦੇ ਵਿੱਚ ਪੂਰਾ ਗਲੇ ਦੇ ਵਿੱਚ ਧੋਣ 'ਤੇ ਪਿੱਛੇ ਸੱਟ ਲੱਗ ਗਈ ਹੈ, ਅਤੇ ਇਹ ਇਹਨਾਂ ਦੇ ਪਤੀ ਨੇ ਜੀ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰੇ ਅੱਜ ਦਵਾਈ ਲੈਣ ਜਾਣਾ ਸੀਗਾ ਘਰਦਿਆਂ ਨੇ, ਅਤੇ ਅਚਾਨਕ ਇਹ ਇਹਨਾਂ ਦਾ ਪੌੜੀ ਖਿਸਕ ਗਈ। ਪੌੜੀ ਖਿਸਕਣ ਦੇ ਨਾਲ ਇਹਨਾਂ ਦੇ ਜੋ ਕਮਰ ਸੀਗੀ ਉੱਥੇ ਸੱਟ ਲੱਗ ਗਈ, ਧੋਣ ਦੇ ਮਣਕਿਆਂ 'ਤੇ ਵੀ ਕੁਛ ਪ੍ਰਭਾਵ ਪਿਆ, ਅਤੇ ਕੁਛ ਵਿਹੜਾ ਵੀ ਸਾਡਾ ਇੱਦਾਂ ਦਾ ਹੀ ਆ, ਹਰਿਆਲੀ ਜੰਮੀ ਆ। ਅਤੇ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਜਿਹਨਾਂ ਨੇ ਸਾਨੂੰ ਮਦਦ ਕੀਤੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ, ਅਸੀਂ ਥੋੜ੍ਹਾ ਜਿਹਾ ਇਹਨਾਂ ਵਾਸਤੇ ਕਰਿਆਨਾ ਵੀ ਲੈ ਕੇ ਆਏ ਹਾਂ ਜੀ, ਕਿ ਅਸੀਂ ਸੋਚਿਆ ਕਿ ਚਲੋ ਜਿੰਨਾ ਕੁ ਇਹਨਾਂ ਨੂੰ ਲੋੜ ਹੋਵੇ ਆਪਣੇ ਸਮਰੱਥਾ ਅਨੁਸਾਰ ਅਸੀਂ ਇਹਨਾਂ ਵਾਸਤੇ ਕਰਿਆਨਾ ਵੀ ਲੈ ਕੇ ਆਏ ਹਾਂ ਜੀ। ਵਾਹਿਗੁਰੂ ਜੀ, ਭਾਈ ਸਾਹਿਬ ਜੀ ਬਸ ਦੇ ਭਾਰ ਹੈ, ਬਸ ਇੱਥੇ ਦੇ ਦਿਓ ਇਹਨਾਂ ਨੂੰ ਇੱਦਾਂ। ਵਾਹਿਗੁਰੂ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰੋ ਜੀ। ਕੋਸ਼ਿਸ਼ ਕਰਾਂਗੇ ਅਸੀਂ ਆਪ ਜੀ, ਜਦੋਂ ਸਾਨੂੰ ਯਾਦ ਕਰੋਗੇ ਅਸੀਂ ਪਹੁੰਚਾਂਗੇ। ਬਹੁਤ ਬਹੁਤ ਧੰਨਵਾਦ ਜੀ NRI ਵੀਰਾਂ ਦਾ, ਜਿਹੜਾ ਸਾਡਾ ਸਹਿਯੋਗ ਕਰਦੇ ਨੇ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ ਦਾ, ਭਾਅ ਜੀ ਦਾ, ਜਿਨ੍ਹਾਂ ਨੇ ਸਾਡੀ ਇਹ ਵੀਡੀਓ ਦੇਖੀ ਅਤੇ ਇਹਨਾਂ ਦਾ ਦਰਦ ਸਮਝਿਆ, ਇਹਨਾਂ ਦੇ ਦਰਦ ਨੂੰ ਆਪਣਾ ਦਰਦ ਸਮਝਿਆ, ਅਤੇ ਮਾਇਆ ਭੇਜੀ, ਅਸੀਂ ਇਹਨਾਂ ਨੂੰ ਮਾਇਆ ਪਹੁੰਚਾ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਸਹਿਯੋਗੀ ਵੀਰਾਂ ਦਾ। ਨਾਲ ਸਾਡੇ ਮੱਲੇਵਾਲ ਤੋਂ ਵਿੱਕੀ ਵੀਰ ਜੀ ਆਏ ਨੇ, ਔਰ ਸਾਡੇ ਨਾਲ ਸੁਖਵਿੰਦਰ ਵੀਰ ਜੀ ਕੈਰੋਂ ਤੋਂ ਆਏ ਨੇ ਜੀ। ਸਾਡੇ ਨਾਲ ਇਹਨਾਂ ਨੇ ਪੂਰਾ ਸਾਥ ਦਿੱਤਾ, ਅੱਜ ਪੂਰੇ ਪਹੁੰਚੇ ਨਾਲ ਸਾਡੇ, ਅਤੇ ਬਹੁਤ ਬਹੁਤ ਧੰਨਵਾਦ ਜੀ NRI ਵੀਰਾਂ ਦਾ, ਜਿਹੜਾ ਸਹਿਯੋਗ ਕਰਦੇ ਨੇ ਸਾਡਾ। ਹੋਰ ਵੀ ਸਹਿਯੋਗੀ ਵੀਰ ਜਿਹੜੇ ਸਾਡਾ ਸਹਿਯੋਗ ਕਰਦੇ ਨੇ ਇੰਡੀਆ ਤੋਂ ਵੀ, ਜਿਹੜੇ ਸਾਨੂੰ ਸੇਵਾ ਪਹੁੰਚਾਉਂਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਜੇ ਸਾਡੀ ਆਪ ਜੀਆਂ ਨੇ ਕੋਈ ਵੀਡੀਓ ਦੇਖਣੀ ਹੋਵੇ ਸੇਵਾ ਦਿੰਦਿਆਂ ਦੀ, ਅਤੇ ਯੂਟਿਊਬ 'ਤੇ ਵਾਹਿਗੁਰੂ ਆਸਰਾ ਚੈਨਲ ਬਣਿਆ ਹੋਇਆ, ਆਪ ਜੀ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਉਸ 'ਤੇ ਸਾਰੀਆਂ ਵੀਡੀਓ ਦੇਖ ਸਕਦੇ ਹੋ, ਅਤੇ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਆ ਕਰੋ। ਇਹ ਜਿਹੜਾ ਲਿੰਕ ਹੈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਤੁਹਾਡਾ ਇੱਕ ਸ਼ੇਅਰ ਕਰਨ ਦੇ ਨਾਲ ਕੋਈ ਲੋੜਵੰਦ ਪਰਿਵਾਰ ਦੇਖੇਗਾ ਵੀਡੀਓ, ਅਤੇ ਉਹਨਾਂ ਤੱਕ ਇਹ ਵੀਡੀਓ ਪਹੁੰਚੇਗੀ, ਅਤੇ ਹੋ ਸਕਦਾ ਕੋਈ ਲੋੜਵੰਦ ਪਰਿਵਾਰ ਸਾਡੇ ਤੱਕ ਪਹੁੰਚ ਕਰੇ, ਅਤੇ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਹੋ ਸਕੇ। ਆਪ ਜੀ ਜਿਹੜੇ ਕੋਈ ਸ਼ੇਅਰ ਕਰੋਗੇ, ਇਹ ਵੀ ਤੁਹਾਡੀ ਸੇਵਾ ਹੀ ਹੈ ਜੀ। ਅਤੇ ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ, ਜਿਹੜੇ ਆਪ ਜੀ ਇਸ ਤਰ੍ਹਾਂ ਸਹਿਯੋਗ ਕਰਦੇ ਰਹੋ ਜੀ। ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਹੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਅਤੇ ਜਿਹੜੇ ਵੀਰ ਸਾਨੂੰ ਸੇਵਾ ਪਹੁੰਚਾਉਂਦੇ ਨੇ ਉਹਨਾਂ ਦੇ ਕਾਰੋਬਾਰਾਂ 'ਚ ਚੜ੍ਹਦੀ ਕਲਾ ਬਖਸ਼ਣ, ਅਤੇ ਉਹਨਾਂ ਦੇ ਸਰੀਰਕ ਤੰਦਰੁਸਤੀ ਉਹਨਾਂ ਨੂੰ ਬਖਸ਼ਣ ਜੀ, ਅਤੇ ਨਾਮਦਾਨ ਦੇ ਨਾਲ ਜੋੜ ਕੇ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ।